ਆਪਰੇ ਇੱਕ ਗੱਲ ਜ਼ਰੂਰ ਕਹਾਂਗਾ ਕਾਂਗਰਸ ਪਾਰਟੀ ਜਿਹੜੀ ਹੈ ਸੈਕੂਲਰ ਪਾਰਟੀ ਹੈ ਪਰ ਹੁਣ ਸਾਰੀਆਂ ਪਾਰਟੀਆਂ ਹਾਊਸ ਪਾਸ ਹੋ ਗਈਆਂ ਤੇ ਇਹਦੇ ਵਿੱਚ ਵੀ ਬਹੁਤ ਸੈਕੂਲਰ ਕਮਿਊਨਿਸਟ ਲੀਡਰ ਬੜੇ ਅੱਛੇ ਰਹੇ ਨੇ ਪਰ ਹੁਣ ਪ੍ਰੋਫੈਸ਼ਨਲ ਪਾਰਟਨਰ ਬਣਨਾ ਚਾਹੀਦਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਵੱਡਾ ਕਲੇਸ਼ ਛਿੜਿਆ ਹੋਇਆ ਹੈ। ਕਿਹੜਾ ਲੀਡਰ ਕਿੱਧਰ ਜਾਵੇਗਾ ਕੁਝ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਕਾਂਗਰਸ ਵਿੱਚ ਰਹਿਣ ਵਾਲੇ ਲੀਡਰ ਵੀ ਧੜਿਆਂ ਵਿੱਚ ਵੰਡੇ ਨਜ਼ਰ ਆਉਂਦੇ ਨੇ। ਚੰਨੀ ਅਤੇ ਸਿੱਧੂ ਦੋ ਵੱਖਰੇ ਧੜੇ ਬਣਾਉਂਦੇ ਜਾਪ ਰਹੇ ਨੇ, ਜਿਸ ਕਾਰਨ ਦੋਵੇਂ ਕਾਂਗਰਸੀ ਲੀਡਰਾਂ ਨੂੰ ਆਪਣੇ ਨਾਲ ਮਿਲਾਉਣ ਵਿੱਚ ਲੱਗੇ ਹੋਏ ਨੇ। ਇਸੇ ਲੜੀ ਤਹਿਤ ਨਵਜੋਤ ਸਿੰਘ ਸਿੱਧੂ ਨੇ ਹੁਣ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ। ਹਾਲਾਂਕਿ ਇਸ ਮੀਟਿੰਗ ਤੋਂ ਮੀਡੀਆ ਨੂੰ ਵੀ ਦੂਰ ਹੀ ਰੱਖਿਆ ਗਿਆ, ਪਰ ਮੀਟਿੰਗ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਪਲੀਜ਼ ਤੁਸੀਂ ਯਾਦ ਕਰਨਾ, ਬੇਨਤੀ ਹੈ ਸਾਨੂੰ ਬਾਕੀ ਮੀਡੀਆ। ਮੈਂ ਉਦੋਂ ਤੁਸੀਂ ਉਧਰ ਦੂਜੇ ਪਾਸੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਵੀ ਮੀਟਿੰਗ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਗਏ। ਹਾਲਾਂਕਿ ਦੁੱਲੋ ਨੇ ਇੰਨਾ ਜ਼ਰੂਰ ਕਿਹਾ ਕਿ ਹੁਣ ਸਿਆਸੀ ਪਾਰਟੀਆਂ ਆਪਣੇ ਸੰਵਿਧਾਨ ਤੋਂ ਭੜਕ ਗਈਆਂ ਨੇ ਅਤੇ ਪਾਰਟੀ ਲੀਡਰਾਂ ਦਾ ਵੀ ਕੋਈ ਵੀ ਕਲਚਰ ਨਹੀਂ ਰਿਹਾ। ਇੱਕ ਗੱਲ ਜ਼ਰੂਰ ਕਹਾਂਗਾ, ਕਾਂਗਰਸ ਪਾਰਟੀ ਜਿਹੜੀ ਹੈ ਸੈਕੂਲਰ ਪਾਰਟੀ ਹੈ, ਪਰ ਹੁਣ ਸਾਰੀਆਂ ਪਾਰਟੀਆਂ ਹਾਊਸ ਪਾਸ ਹੋ ਗਈਆਂ ਪਈਆਂ। ਕੋਈ ਸੰਵਿਧਾਨ ਨਹੀਂ ਰਿਹਾ, ਕੋਈ ਕਲਚਰ ਨਹੀਂ ਰਿਹਾ, ਕੋਈ ਨੀਤੀਆਂ ਨਹੀਂ ਰਹੀਆਂ। ਪਰਮਾਤਮਾ ਉਹਨਾਂ ਨੂੰ ਵੀ ਸਮਰਥ ਦੇਵੇ ਕਿ ਉਹ ਆਪਣੇ ਪੁਰਖਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਣ। ਪੁਰਖ ਜੋ ਕਰ ਗਏ ਮਹਾਤਮਾ ਰੱਖਣ, ਪੁਰਖ ਜੋ ਕਰ ਗਏ ਮਹਾਤਮਾ ਗਾਂਧੀ ਜੀ, ਨਹਿਰੂ ਜੀ, ਇੰਦਰਾ ਜੀ, ਈਵਨ ਅਕਾਲੀ ਦਲ 'ਚ ਵੀ ਬੜੇ ਬੜੇ ਲੀਡਰ ਥੇ ਜਿਨ੍ਹਾਂ ਨੇ ਸੰਘਰਸ਼ ਕੀਤਾ। ਜਥੇਦਾਰ ਟੌਹੜਾ ਵਰਗੇ, ਤਲਵੰਡੀ ਜੀ ਵਰਗੇ, ਲੌਂਗੋਵਾਲ ਵਰਗੇ, ਲਾਲਪੁਰਾ ਵਰਗੇ ਬਹੁਤ ਬੜੇ ਬੜੇ ਲੀਡਰ ਰਹੇ ਨੇ। ਸੰਤ ਫਤਿਹ ਸਿੰਘ ਜੀ ਲੀਡਰ ਰਹੇ ਨੇ ਬੀਜੇਪੀ 'ਚ। ਵਾਜਪਾਈ ਸਾਹਿਬ ਕਹਿ ਦਿੰਦੇ ਆਪਾਂ ਕਮਿਊਨਲ ਪਾਰਟੀ ਆ, ਵਾਜਪਾਈ ਬੜਾ ਸੈਕੂਲਰ ਆਦਮੀ ਸੀ। ਬੀਜੇਪੀ 'ਚ ਵੀ ਬਹੁਤ ਸੈਕੂਲਰ ਕਮਿਊਨਿਸਟ ਲੀਡਰ ਬੜੇ ਅੱਛੇ ਰਹੇ ਨੇ, ਪਰ ਹੁਣ ਪ੍ਰੋਫੈਸ਼ਨਲ ਪਾਰਟਨਰ ਬਣਨਾ ਚਾਹੁੰਦਾ। ਅਫਸੋਸ ਇਹ ਹੈ, ਇਹਨਾਂ ਨੂੰ ਸਮਰਥਨ ਦੇਵੇ। ਦੱਸ ਦਈਏ ਕਿ ਸ਼ਮਸ਼ੇਰ ਸਿੰਘ ਦੁੱਲੋ ਲੰਮੇ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਨੇ। ਖ਼ਬਰਾਂ ਨੇ ਕਿ ਨਵਜੋਤ ਸਿੰਘ ਸਿੱਧੂ ਦੁੱਲੋ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਆਪਣਾ ਧੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਦੁੱਲੋ ਜੋ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਉਹਨਾਂ ਵੱਲੋਂ ਕੈਪਟਨ ਵੇਲੇ ਤੋਂ ਹੀ ਪੰਜਾਬ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ ਜਾਂਦੇ ਰਹੇ ਨੇ। ਦੁੱਲੋ ਨੇ ਕੈਪਟਨ ਸਰਕਾਰ 'ਤੇ ਵਾਅਦੇ ਨਾ ਪੂਰੇ ਕਰਨ ਦੇ ਦੋਸ਼ ਤੱਕ ਲਾਏ ਸੀ, ਪਰ ਚੰਨੀ ਸਰਕਾਰ ਵੱਲੋਂ ਹਾਲੇ ਤੱਕ ਵੀ ਦੁੱਲੋ ਤੱਕ ਕੋਈ ਵੀ ਪਹੁੰਚ ਨਹੀਂ ਕੀਤੀ ਗਈ, ਜਿਸ ਕਾਰਨ ਦੁੱਲੋ ਹਾਲੇ ਵੀ ਨਾਰਾਜ਼ ਹੀ ਬੈਠੇ ਨੇ। ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸ਼ਮਸ਼ੇਰ ਸਿੰਘ ਦੁੱਲੋ ਤੱਕ ਪਹੁੰਚ ਕੀਤੀ ਹੈ ਅਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਹੁਣ ਦੇਖਣਾ ਇਹੀ ਹੈ ਕਿ ਇਹਨਾਂ ਬੰਦ ਕਮਰਾ ਮੀਟਿੰਗਾਂ ਵਿੱਚੋਂ ਕਾਂਗਰਸ ਲਈ ਕੀ ਕੁਝ ਨਿਕਲ ਕੇ ਬਾਹਰ ਆਉਂਦਾ ਹੈ। ਖੰਨਾ ਤੋਂ ਕਰਵਿੰਦਰ ਢਿੱਲੋਂ, ਪੰਜਾਬੀ ਲੋਕ ਚੈਨਲ।